ਇਹ ਵੀਡੀਓ ਬਾਇਰ ਕੰਪਨੀ ਦੇ ਨੈਟਵੋ ਫੰਗੀਸਾਈਡ ਦੇ ਉੱਤੇ ਆਪਾਂ ਬਣਾਈ ਆ ਕਿਉਂਕਿ ਮੈਨੂੰ ਜਿਹੜੀ ਪਿਛਲੀ ਵੀਡੀਓ ਪਾਈ ਸੀ ਉਹਦੇ ਵਿੱਚ ਆਪਾਂ ਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਸੋ ਕਈ ਵੀਰਾਂ ਨੇ ਇਹ ਕਿਹਾ ਸੀਗਾ ਵੀ ਇਹਦੇ ਐਮੀਸਟਾਰ ਟੌਪ ਦੇ ਬਰਾਬਰ ਦਾ ਫੰਗੀਸਾਈਡ ਜਿਵੇਂ ਆਪਾਂ ਸਮਝਦੇ ਹਾਂ ਨਟੀਵੋ ਨੂੰ ਇਹਦੇ ਉੱਤੇ ਇੱਕ ਵੀਡੀਓ ਬਣਾਓ ਸੋ ਮੈਂ ਪਰਮਿੰਦਰ ਸਿੰਘ ਸਾਡੀ ਖੇਤੀ ਚੈਨਲ ਤੋਂ ਜੇਕਰ ਚੈਨਲ 'ਤੇ ਨਵੇਂ ਹੋ ਤਾਂ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਆਉਣ ਵਾਲੀਆਂ ਖੇਤੀ ਸੰਬੰਧੀ ਜਾਣਕਾਰੀਆਂ ਆਪਾਂ ਸਾਂਝੀਆਂ ਕਰ ਸਕੀਏ ਚਲੋ ਸ਼ੁਰੂ ਕਰਦੇ ਹਾਂ ਜੀ ਬਾਇਰ ਕੰਪਨੀ ਦੇ ਨੈਟਵੋ ਫੰਗੀਸਾਈਡ ਦੇ ਜੇ ਆਪਾਂ ਕੈਮੀਕਲ ਕੰਪੋਜੀਸ਼ਨਾਂ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਟੈਬੂਕੋਨਾਜ਼ੋਲ 50% ਡਬਲਿਊ ਫੋਮ ਦੇ ਵਿੱਚ ਅਤੇ ਟ੍ਰਾਈਫਲੋਕਸੀਸਟ੍ਰੋਬਨ ਵੀ ਆਪਾਂ ਨੂੰ 25% ਡਬਲਿਊ ਜੀ ਫੋਮ ਦੇ ਵਿੱਚ ਮਿਲ ਜਾਂਦਾ ਵਾ ਜਿਹੜਾ ਕਿ ਬੀਟੇਬਲ ਗ੍ਰੈਨੂਅਲ ਫੋਮ ਦੇ ਵਿੱਚ ਆਪਾਂ ਨੂੰ ਇਹਦੇ ਵਿੱਚ ਮਿਲਦਾ ਵਾ ਇਸ ਵਿੱਚ ਜਿਹੜਾ ਦੂਜੇ ਨੰਬਰ 'ਤੇ ਕੈਮੀਕਲ ਆ ਟ੍ਰਾਈਫਲੋਕਸੀਸਟ੍ਰੋਬਨ 25% ਡਬਲਿਊ ਪੀ ਇਹ ਇੱਕ ਹਾਈ ਡੋਜ਼ ਅਤੇ ਮਹਿੰਗਾ ਟੈਕਨੀਕਲ ਆ ਇਹਦਾ ਇਹਦੇ ਵਿੱਚ ਬਹੁਤ ਵੱਡਾ ਮੁੱਖ ਰੋਲ ਆ ਇਹ ਜਿਹੜੇ ਇਸ ਵਿੱਚ ਦੋਨੇ ਟੈਕਨੀਕਲ ਆ ਇਹਨਾਂ ਦਾ ਜਿਹੜਾ ਇਹ ਕੋਂਬੀਨੇਸ਼ਨ ਆ ਇਹਨਾਂ ਦਾ ਪੀ ਐੱਚ ਲੈਵਲ ਵੀ 7-8 ਦੇ ਨੇੜ ਤੇੜ ਚਲਿਆ ਜਾਂਦਾ ਜਿਵੇਂ ਕਿ ਆਪਾਂ ਨੂੰ ਪਤਾ ਪੀ ਐੱਚ ਲੈਵਲ ਹੁੰਦਾ 6.5 ਤੋਂ 8.5 ਤੱਕ ਮੈਨਟੇਨ ਰਹੇ ਤਾਂ ਵਧੀਆ ਹੁੰਦਾ ਜੇ ਆਪਾਂ ਇਹਦੇ ਵਿੱਚ ਹੋਰ ਕੈਮੀਕਲ ਲਾਉਂਦੇ ਹਾਂ ਤਾਂ ਰਿਐਕਸ਼ਨ ਵੱਧ ਸਕਦੀ ਆ ਘੋਲ ਵੀ ਫੜ ਸਕਦਾ ਆਪਣੇ ਝੋਨੇ ਦੇ ਨੁਕਸਾਨ ਵੀ ਹੋ ਸਕਦਾ ਸੋ ਇਹਦੇ ਜਿਹੜੇ ਇਹ ਕੋਂਬੀਨੇਸ਼ਨ ਦੇ ਨਾਲ ਇਹਨਾਂ ਦਾ ਪੀ ਐੱਚ ਲੈਵਲ ਤਾਂ ਜ਼ਿਆਦਾ ਆ ਇਕੱਲੇ ਇਕੱਲੇ ਟੈਕਨੀਕਲ ਦਾ ਹੀ ਜਿਹੜਾ ਪੀ ਐੱਚ ਲੈਵਲ ਆ ਬਹੁਤ ਜ਼ਿਆਦਾ ਆ ਸੋ ਇਹਦੀ ਪਰਸੈਂਟੇਜ ਜ਼ਿਆਦਾ ਹੋਣ ਕਰਕੇ ਇਹ ਹਾਈਲੀ ਇਫੈਕਟਿਵ ਵੀ ਆ ਝੋਨੇ ਦੇ ਬਹੁਤ ਵਧੀਆ ਰਿਜ਼ਲਟ ਆ ਇਹਨਾਂ ਦੇ ਸਭ ਤੋਂ ਪਹਿਲਾਂ ਆਪਾਂ ਇਸ ਵਿੱਚ ਜਿਹੜਾ ਮਹਿੰਗਾ ਟੈਕਨੀਕਲ ਆ ਟ੍ਰਾਈਫਲੋਕਸੀਸਟ੍ਰੋਬਨ 25WG ਇਹਦਾ ਜਿਹੜਾ ਮੇਨ ਕੰਮ ਆ ਜਿਹੜਾ ਬੂਟੇ ਦੇ ਵਿੱਚ ਉੱਲੀ ਦੇ ਜਿਹੜੇ ਜਰਾਸੀਮ ਹੁੰਦੇ ਆ ਉਹਨਾਂ ਦੇ ਸਾਹ ਲੈਣ ਵਿੱਚ ਇਹ ਰੁਕਾਵਟ ਪਾਉਂਦਾ ਉਹਨਾਂ ਦੇ ਵਿੱਚ ਇਹ ਵਿਘਨ ਪਾ ਦਿੰਦਾ ਜਿਹਦੇ ਨਾਲ ਫੰਗਸ ਨੂੰ ਵਧਾਉਣ ਵਾਲੇ ਜਿਹੜੇ ਜਰਾਸੀਮ ਆ ਇਹਨਾਂ ਜਿਵੇਂ ਐਸਕੋਸਾਈਟਸ ਨਾਂ ਦਾ ਕੋਈ ਜਰਾਸੀਮ ਹੁੰਦਾ ਇੱਕ ਓਮੀਸੀਟ ਨਾਂ ਦਾ ਜਰਾਸੀਮ ਹੁੰਦਾ ਇਹਨਾਂ ਦਾ ਜਿਵੇਂ ਹਵਾ ਦੇ ਕੰਟੈਕਟ ਦੇ ਵਿੱਚ ਆਉਂਦੇ ਆ ਫੰਗਸ ਵੀ ਹਵਾ ਨਾਲ ਸਾਹ ਲੈਣ ਨਾਲ ਵੱਧਦੀ ਆ ਮੋਇਸਚਰ ਦੇ ਹਵਾ ਨਾਲ ਵੱਧਦੀ ਆ ਜਿਹੜੇ ਜਰਾਸੀਮ ਆ ਇਹ ਇਸ ਚੀਜ਼ ਨੂੰ ਵਧਾਉਂਦੇ ਆ ਇਹਨਾਂ ਦੇ ਸਾਹ ਲੈਣ ਦੇ ਵਿੱਚ ਜਦੋਂ ਇਹ ਟ੍ਰਾਈਫਲੋਕਸੀਸਟ੍ਰੋਬਨ ਰੁਕਾਵਟ ਪਾਉਂਦਾ ਤਾਂ ਇਹ ਖਤਮ ਹੋਣ ਲੱਗ ਜਾਂਦੇ ਆ ਫੰਗਸ ਉੱਥੇ ਰੁਕ ਜਾਂਦੀ ਆ ਜਿਹੜਾ ਟੈਬੂਕੋਨਾਜ਼ੋਲ ਆ ਇਹ ਟ੍ਰਾਈਫਲੋਕਸੀਸਟ੍ਰੋਬਨ ਦੇ ਨਾਲ ਰਲ ਕੇ ਫੋਟੋਸਿੰਥੈਸਿਸ ਵਧਾਉਂਦਾ ਵਾ ਜਿਹਦੇ ਨਾਲ ਆਪਣਾ ਝੋਨਾ ਐਂਡ ਤੱਕ ਹਰਾ ਭਰਾ ਰਹਿੰਦਾ ਵਾ ਅਤੇ ਜਿੰਨੀਆਂ ਵੀ ਉੱਲੀਆਂ ਜਿਵੇਂ ਸ਼ੀਤ ਬਲਾਈਟ ਹੋ ਗਈ ਲੀਵ ਬਲਾਸਟ ਹੋ ਗਈ ਨੈੱਕ ਬਲਾਸਟ ਹੋ ਗਈ ਨੋਡ ਬਲਾਸਟ ਜਿਵੇਂ ਤਣੇ ਗਲਣ ਦੀ ਸਮੱਸਿਆ ਹੁੰਦੀ ਆ ਇਹ ਜਿਹੜਾ ਟ੍ਰਾਈਫਲੋਕਸੀਸਟ੍ਰੋਬਨ ਆ ਇਹਦੇ ਵਿੱਚ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਨੈੱਕ ਬਲਾਸਟ ਅਤੇ ਨੋਡ ਬਲਾਸਟ ਵਾਸਤੇ ਇਹ ਬਹੁਤ ਜ਼ਿਆਦਾ ਫੇਮਸ ਆ ਸ਼ੀਤ ਬਲਾਸਟ 'ਤੇ ਵੀ ਇਹਦਾ ਬਹੁਤ ਵਧੀਆ ਕੰਟਰੋਲ ਆ ਜੇਕਰ ਟੈਬੂਕੋਨਾਜ਼ੋਲ ਦੀ ਆਪਾਂ ਗੱਲ ਕਰੀਏ ਇਹ ਜਿੰਨੇ ਵੀ ਰਸਟ ਆਉਂਦੇ ਆ ਲੀਵ ਬਲਾਸਟ ਹੋ ਗਿਆ ਜਾਂ ਹੋਰ ਜਿੰਨੇ ਵੀ ਉੱਤੇ ਰਸਟ ਵਾਲੀਆਂ ਪ੍ਰੋਬਲਮਾਂ ਆਉਂਦੀਆਂ ਪਾਊਡਰੀ ਮੈਲਡਿਊ ਜਾਂ ਡਾਊਨੀ ਮੈਲਡਿਊ ਇਹ ਇਹਨਾਂ ਨੂੰ ਚੰਗੀ ਤਰ੍ਹਾਂ ਖਤਮ ਕਰ ਦਿੰਦਾ ਵਾ ਇਹਨਾਂ ਨੂੰ ਵਰਤਣ ਲੱਗੇ ਇੱਕ ਸਾਵਧਾਨੀ ਇਹ ਰੱਖਣੀ ਆ ਇਹ ਦੋਨੇ ਟੈਕਨੀਕਲ ਕਾਫੀ ਜ਼ਿਆਦਾ ਖੁਸ਼ਕ ਨੇ ਜ਼ਿਆਦਾ ਪਾਣੀ ਦੀ ਇਹਨਾਂ ਨੂੰ ਲੋੜ ਆ ਝੋਨਾ ਵੀ ਤੁਹਾਨੂੰ ਗਿੱਲਾ ਹੋਣਾ ਚਾਹੀਦਾ ਐਂ ਨਹੀਂ ਹੈਗਾ ਵੀ ਝੋਨੇ 'ਚ ਪੈਸੇ ਦੀ ਬਰਬਾਦੀ ਦਾ ਵੀ ਡਰ ਬਣਿਆ ਰਹਿੰਦਾ ਵਾ ਸੋ ਇਹਨਾਂ ਗੱਲਾਂ ਦਾ ਆਪਾਂ ਜ਼ਰੂਰ ਧਿਆਨ ਰੱਖਣਾ ਰਿਜ਼ਲਟ ਇਹਦੇ ਬਹੁਤ ਵਧੀਆ ਟ੍ਰਾਈਫਲੋਕਸੀਸਟ੍ਰੋਬਨ ਨੈੱਕ ਬਲਾਸਟ ਜਾਂ ਜਿੱਥੇ ਆਪਣੇ ਨੋਡ ਬਲਾਸਟ ਦੀ ਪ੍ਰੋਬਲਮ ਆਉਂਦੀ ਆ ਤਣਾ ਗਲਣ ਦੀ ਪ੍ਰੋਬਲਮ ਆਉਂਦੀ ਆ ਜਾਂ ਜਿਵੇਂ ਮੁੰਜਰ ਬਣੀ ਬਣਾਈ ਟੁੱਟ ਜਾਂਦੀ ਆ ਉਹਦੀ ਪ੍ਰੋਬਲਮ ਆਉਂਦੀ ਆ ਸ਼ੀਤ ਬਲਾਈਟ ਜਿੱਥੇ ਗਾਲਾ ਜਿਹਾ ਹੁੰਦਾ ਥੱਲੇ ਗਲ ਜਾਂਦਾ ਝੋਨਾ ਉਹਦੀ ਪ੍ਰੋਬਲਮ ਆਉਂਦੀ ਆ ਉਹਦੇ ਵਿੱਚ ਇਹਦੇ ਬਹੁਤ ਵਧੀਆ ਰਿਜ਼ਲਟ ਨੇ ਹਾਂ ਇਹਦੇ ਵਿੱਚ ਡਿਸਕਲਰੇਸ਼ਨ ਹੋ ਜਾਂਦੀ ਆ ਜਿਵੇਂ ਐਂਡ 'ਤੇ ਆਪਣੇ ਦਾਣੇ ਕਾਲੇ ਹੋਣ ਲੱਗ ਜਾਂਦੇ ਆ ਕਿਉਂਕਿ ਇਹ ਜਿਹੜੇ ਟੈਕਨੀਕਲ ਨੇ ਇਹ ਬਹੁਤ ਜ਼ਿਆਦਾ ਫਾਸਟ ਹਾਈ ਡੋਜ਼ ਆ ਇਹਨਾਂ ਦੀ ਕੰਮ ਕਰਦੇ ਨੇ ਜੇ ਇਹਨਾਂ ਨੂੰ ਆਪਾਂ ਇਕੱਲਿਆਂ ਨੂੰ ਵਰਤੀਏ ਤਾਂ ਇਹਦਾ ਬਹੁਤ ਵਧੀਆ ਰਿਜ਼ਲਟ ਆ ਐਟ ਏ ਟਾਈਮ 'ਤੇ ਜੇ ਆਪਾਂ ਨੂੰ ਹਥਿਆਰ ਚੁੱਕਣਾ ਪੈ ਜੇ ਇਹ ਸਭ ਤੋਂ ਵਧੀਆ ਫੰਗੀਸਾਈਡ ਆ ਅਗਰ ਆਪਣੇ ਫਾਲਸ ਸਮੱਟ ਦੀ ਪ੍ਰੋਬਲਮ ਆਉਂਦੀ ਆ ਆਪਾਂ ਇਹਨੂੰ ਗੋ ਟਾਈਮ ਦੇ ਉੱਤੇ ਪਾ ਸਕਦੇ ਹਾਂ ਪਰ ਉਸ ਟਾਈਮ ਦੇ ਉੱਤੇ ਆਪਾਂ ਕਈ ਐੱਨ ਪੀ ਕੇ ਲਾ ਕੇ ਪਾਉਂਦੇ ਹਾਂ ਜਾਂ ਐਂ ਪਾਉਂਦੇ ਹਾਂ ਇਹਨੂੰ ਥੋੜ੍ਹਾ ਜਿਹਾ ਰਲਾਉਣ ਦੇ ਵਿੱਚ ਆਪਾਂ ਨੂੰ ਸੰਕੋਚ ਕਰਨਾ ਚਾਹੀਦਾ ਐਂਡ 'ਤੇ ਐਮਰਜੈਂਸੀ ਦੇ ਵਿੱਚ ਆਪਾਂ ਜੇ ਇਹਨੂੰ ਵਰਤੀਏ ਤਾਂ ਆਪਾਂ ਨੂੰ ਵਧੀਆ ਰਿਜ਼ਲਟ ਦੇਖਣ ਨੂੰ ਮਿਲਦੇ ਆ ਹਾਂ ਜੇ ਆਪਣੀ ਇਹ ਪਹਿਲੀ ਪਸੰਦ ਬਣਿਆ ਹੋਇਆ ਆਪਾਂ ਇਹਦੇ ਵਿੱਚ ਕੁਛ ਚੇਂਜਸ ਕਰ ਸਕਦੇ ਹਾਂ ਜਿਵੇਂ ਕਿ ਆਪਾਂ ਇਹਦੇ ਵਿੱਚ ਫਲੂਬੈਂਡਾਮਾਈਡ ਮਿਕਸ ਕਰਕੇ ਸੁੰਡੀ ਵਾਸਤੇ ਪਾ ਸਕਦੇ ਹਾਂ ਥਾਈਮਥੋਕਸਮ ਪਾ ਸਕਦੇ ਹਾਂ ਪਰ ਉਹਦੀ ਡੋਜ਼ ਘੱਟ ਰੱਖਿਓ ਐਸੀਫੇਟ ਨਹੀਂ ਪਾਉਣਾ
ਵੇਫਰ ਥਰਿਨ ਨਹੀਂ ਪਾਉਣੀ ਕਿਉਂਕਿ ਉਹਦੇ ਵਿੱਚ ਵੀ ਗੈਸ ਹੁੰਦੀ ਆ, ਕੋਈ ਗੈਸ ਵਾਲੀ ਦਵਾਈ ਜਾਂ ਟੈਕਨੀਕਲ ਉਹਨਾਂ ਤੋਂ ਆਪਾਂ ਪਰਹੇਜ਼ ਕਰਨਾ ਵਾ। ਸੋ ਹਾਈਬ੍ਰਿਡ ਕਿਸਮਾਂ ਦੀ ਜੇ ਗੱਲ ਕਰੀਏ, ਪੂਸਾ 44 ਜਾਂ ਆਪਣਾ ਜਿਹੜਾ ਦੂਜੇ ਹੋ ਜਾਂਦੇ ਆ ਡੋਗਰ ਪੂਸਾ ਜਾਂ ਪੀਲੀ ਪੂਸਾ, ਉਹਨਾਂ ਦੇ ਵਿੱਚ ਆਪਾਂ ਨੂੰ ਇਹ ਆਖਰੀ ਹਥਿਆਰ ਬਣਾ ਕੇ ਰੱਖਣਾ ਚਾਹੀਦਾ ਵਾ, ਜਦੋਂ ਆਪਾਂ ਨੂੰ ਲੋੜ ਪਵੇ ਵੀ ਹਾਂ ਆਪਾਂ ਨੂੰ ਲੱਗਦਾ ਵੀ ਨੈੱਕ ਬਲਾਸਟ ਦੀ ਪ੍ਰੋਬਲਮ ਜਾਂ ਨੋੜ ਬਲਾਸਟ ਦੀ ਪ੍ਰੋਬਲਮ ਆਉਂਦੀ ਆ, ਉਦੋਂ ਆਪਾਂ ਇਹਨੂੰ ਵਰਤ ਸਕਦੇ ਹਾਂ। ਜਿਹੜਾ ਟ੍ਰਾਈਫਲੋਕਸੀ ਸਟ੍ਰੋਬਨ ਆ, ਇਹ ਦਾਣਿਆਂ ਦੀ ਡਿਸਕਲਰੇਸ਼ਨ ਹੁੰਦੀ ਆ ਜਿਹੜੀ ਉਹ ਡਾਟੀ ਪੈਨੀਕਲ ਨੂੰ ਦੂਰ ਕਰਦਾ ਵਾ। ਸੋ ਆਪਾਂ ਨੂੰ ਇਹਨੂੰ ਬਾਸਮਤੀ ਦੇ ਵਿੱਚ ਜੇ ਆਪਾਂ ਵਰਤੀਏ, ਅਤੇ ਜਿਹੜੇ ਬਾਸਮਤੀ ਦੀ ਖੇਤੀ ਕਰਦੇ ਵੀਰ ਉਹਨਾਂ ਵਾਸਤੇ ਬਹੁਤ ਵਧੀਆ ਆਪਸ਼ਨ ਆ। ਇਹਨੂੰ ਆਪਾਂ ਗੋ ਅਵਸਥਾ ਦੇ ਉੱਤੇ ਵਰਤ ਸਕਦੇ ਹਾਂ। ਜੇ ਯੂਜ਼ ਕਰਨੀ ਆ ਸੁੰਡੀ ਵਾਲੀ ਦਵਾਈ, ਇਹਦੇ ਵਿੱਚ ਤੁਸੀਂ ਫਲਵੈਂਡਾਮਾਈਡ 20% ਯੂਜ਼ ਕਰ ਸਕਦੇ ਹਾਂ। ਜਿਵੇਂ ਕਿ ਉਹ ਟਾਟਾ ਦੀ ਟਕੂਮੀ ਆਉਂਦੀ ਆ ਜਾਂ ਆਪਣੀ ਸਵਾਲ ਦੀ ਟਬੂਕੇ ਆਉਂਦੀ ਹੈ, ਇੱਦਾਂ ਦੇ ਨਾਵਾਂ ਦੇ ਵਿੱਚ ਆਪਾਂ ਨੂੰ 20% ਵਿੱਚ ਮਿਲਦੀ ਆ, ਉਹਦੀ ਆਪਾਂ ਵਰਤੋਂ ਇਹਦੇ ਵਿੱਚ ਕਰ ਸਕਦੇ ਹਾਂ, ਬਹੁਤ ਵਧੀਆ ਰਿਜ਼ਲਟ ਮਿਲਦਾ। ਤੇਲੇ ਵਾਸਤੇ ਆਪਾਂ ਥਾਈਮਥੋਕਸਮ ਯੂਜ਼ ਕਰ ਸਕਦੇ ਹਾਂ, ਮਿਡਾਕਲੋਪਰੇਟ ਵੀ ਯੂਜ਼ ਕਰ ਸਕਦੇ ਹਾਂ ਪਰ ਘੱਟ ਪਾਵਰ ਵਾਲੀ, ਜਿਵੇਂ 17.8% ਵਿੱਚ ਆਉਂਦੀ ਆ, ਵਧੀਆ ਰਿਜ਼ਲਟ ਨੇ। ਜੇਕਰ ਰੇਟ ਦੀ ਗੱਲ ਕਰੀਏ ਤਾਂ ਥੋੜ੍ਹਾ ਜਿਹਾ ਮਹਿੰਗਾ ਵਾ, 64-65 ਰੁਪਏ ਕਿਲੋ ਨੂੰ ਮਿਲ ਜਾਂਦਾ ਅਗਰ ਆਪਣੀ ਜੇਬ ਇਜਾਜ਼ਤ ਦਿੰਦੀ ਆ। ਜੇਕਰ ਆਪਾਂ ਗੋਭ ਤੋਂ ਪਹਿਲਾਂ ਇਹਦੀ ਸਪਰੇਅ ਕਰਦੇ ਹਾਂ, 80 ਗ੍ਰਾਮ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਆਪਾਂ ਇਹਦਾ ਵਧੀਆ ਰਿਜ਼ਲਟ ਲੈ ਸਕਦੇ ਹਾਂ, ਪਰ ਵਿੱਚ ਇਹਦੇ ਇੱਕ ਸੁੰਡੀ ਵਾਲੀ ਹਲਕੀ ਦਵਾਈ ਪਾ ਕੇ 100 ਗ੍ਰਾਮ ਦਾ ਵੀ ਰਿਜ਼ਲਟ ਵਧੀਆ ਵਾ। ਅਗਰ ਆਪਾਂ ਇਹਨੂੰ ਆਖਰੀ ਹਥਿਆਰ ਵਜੋਂ ਯੂਜ਼ ਕਰਦੇ ਹਾਂ ਤਾਂ ਆਪਾਂ 120 ਗ੍ਰਾਮ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਵਰਤੀਏ ਤਾਂ ਨੈੱਕ ਬਲਾਸਟ ਅਤੇ ਨੋਡ ਬਲਾਸਟ, ਜੇਕਰ ਆਪਾਂ ਨੂੰ ਲੱਗਦਾ ਵਾ ਵੀ ਆਪਣੇ ਖੇਤ ਦੇ ਵਿੱਚ ਨੋਡ ਬਲਾਸਟ ਜਿਵੇਂ ਤਣਾ ਗਲਣ ਦੀ ਪ੍ਰੋਬਲਮ ਆਉਂਦੀ ਆ, ਨੈੱਕ ਬਲਾਸਟ ਜਿਵੇਂ ਗਰਦਨ ਤੋੜ ਦੀ ਪ੍ਰੋਬਲਮ ਆਉਂਦੀ ਆ, ਤਾਂ ਉਹਦੇ ਵਿੱਚ ਆਪਾਂ ਇਹ ਸਪਰੇਅ ਕਰ ਸਕਦੇ ਹਾਂ, ਵਧੀਆ ਆਪਾਂ ਨੂੰ ਉਸ ਟਾਈਮ 'ਤੇ ਹੀ ਰਿਜ਼ਲਟ ਮਿਲ ਜੂਗਾ। ਸ਼ੀਤ ਬਲਾਈਟ ਰਸਟ ਜਾਂ ਹੋਰ ਬਲਾਸਟਾਂ ਵਾਸਤੇ ਮਾਰਕੀਟ ਦੇ ਵਿੱਚੋਂ ਕਈ ਟੈਕਨੀਕਲ ਸਸਤੇ ਰੇਟਾਂ 'ਤੇ ਮਿਲ ਜਾਂਦੇ ਆ, ਸੋ ਇਹਨੂੰ ਆਪਾਂ ਨੂੰ ਆਖਰੀ ਹਥਿਆਰ ਮੰਨ ਕੇ ਚੱਲਣਾ ਚਾਹੀਦਾ। ਜੇਕਰ ਕਿੱਲੇ ਦੇ ਖਰਚੇ ਦੀ ਗੱਲ ਕਰੀਏ, 100 ਗ੍ਰਾਮ ਤੋਂ ਆਪਾਂ ਵਧੀਆ ਰਿਜ਼ਲਟ ਲੈ ਸਕਦੇ ਹਾਂ, 650 ਰੁਪਈਆ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਆਪਾਂ ਨੂੰ ਇਹਦਾ ਖਰਚਾ ਪੈਂਦਾ ਵਾ। ਅਗਰ ਜਾਣਕਾਰੀ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ, ਲਾਈਕ ਜ਼ਰੂਰ ਕਰ ਦਿਆ ਕਰੋ, ਇਹਦੇ ਨਾਲ ਹੌਸਲਾ ਅਫਜਾਈ ਹੋ ਜਾਂਦੀ ਆ। ਜੇਕਰ ਚੈਨਲ 'ਤੇ ਨਵੇਂ ਆ ਤਾਂ ਸਪੋਰਟ ਵਾਸਤੇ ਜ਼ਰੂਰ ਸਬਸਕ੍ਰਾਈਬ ਕਰ ਲਿਓ। ਧੰਨਵਾਦ ਜੀ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।